ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੇ ਜਿਹੜੇ ਹੈਗੇ ਆ ਪਹਿਲਵਾਨ ਜਿਹੜੇ ਆ ਚੋਣ ਅਖਾੜੇ ਦੇ ਵਿੱਚ ਉਤਾਰੇ ਹੋਏ ਨੇ। ਉੱਥੇ ਕਰਸ਼ਿਆਂ ਘੱਟੋ ਸ਼੍ਰੀ ਜੈ ਕ੍ਰਿਸ਼ਨ ਰੌੜੀ ਜੀ ਆਪਣੀ ਜਿਹੜੀ ਹੈਗੀ ਆ ਉਹ ਬੜੀ ਮਿਹਨਤ ਕਰ ਰਹੇ ਨੇ। ਸੋ ਪਿਛਲੀ ਵਾਰ ਤੋਂ ਐੱਮ ਐੱਲ ਏ ਵੀ ਨੇ ਐਸ ਇਸ ਵਾਰ ਇਸ ਦੀ ਵਾਰ ਗੱਲ ਕਰਦੇ ਉਹਨਾਂ ਨਾਲ। ਬਹੁਤ ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਔਰ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਆ ਚੋਣ ਮੁਹਿੰਮ ਜਿਹੜੀ ਬੜੀ ਸਰਗਰਮ ਹੋ ਚੁੱਕੀ ਔਰ ਲੋਕ ਜਦੋਂ ਪਿੰਡਾਂ ਵਿੱਚ ਜਾਂਦੇ ਆ ਤਾਂ ਇੱਕੋ ਗੱਲ ਕਹਿੰਦੇ ਆ ਕਿ ਪਿਛਲੇ 75 ਸਾਲ ਤੋਂ ਅਸੀਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਰਾਖ ਖਿੱਚ ਚੁੱਕੇ ਹਾਂ। ਇੱਕ ਵਾਰ ਕਹਿੰਦੇ ਹੋਏ ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ, ਅਰਵਿੰਦ ਕੇਜਰੀਵਾਲ ਨੂੰ ਮੌਕਾ ਦੇਣਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਣਾਉਣਾ ਕਿ ਲੋਕਾਂ ਦੇ ਹੱਥ ਹੱਕ ਦੀ ਜਿਹੜੀ ਗੱਲ ਹੈ, ਲੋਕਾਂ ਦੇ ਜਿਹੜੇ ਮਸਲੇ ਆ ਭਾਵੇਂ ਸਿਹਤ ਨੂੰ ਲੈ ਕੇ, ਭਾਵੇਂ ਸਿੱਖਿਆ ਲੈ ਕੇ, ਭਾਵੇਂ ਰੁਜ਼ਗਾਰ ਨੂੰ, ਨਸ਼ਿਆਂ ਨੂੰ, ਆਪਣੇ ਬੇਰੁਜ਼ਗਾਰੀ ਜਿਹੜੀ ਬੱਚਿਆਂ ਦੀ ਹੈ ਔਰ ਇਹਦੇ ਨਾਲ ਨਾਲ ਭ੍ਰਿਸ਼ਟਾਚਾਰ ਹੈ ਪੰਜਾਬ ਦੇ ਵਿੱਚ, ਉਹਦੇ ਖਾਤਮੇ ਦੇ ਲਈ ਕਹਿੰਦੇ ਅਸੀਂ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ। ਸੋ ਜਿਹੜਾ ਕੇਜਰੀਵਾਲ ਨੇ ਮੌਕਾ ਮੰਗਿਆ ਪੰਜਾਬ ਦੇ ਲੋਕਾਂ ਤੋਂ, ਆਪਾਂ ਕੇਜਰੀਵਾਲ ਨੂੰ ਜਿਹੜੀਆਂ ਕੁਛ ਰਵਾਇਤੀ ਸਿਆਸੀ ਪਾਰਟੀਆਂ ਹੈ ਆਪਣੇ ਮਨ ਘੜਤ ਔਰ ਮਤਲਬ ਟੋਟਕਿਆਂ ਦੇ ਨਾਲ ਉਹਨਾਂ ਨੂੰ ਕੁਛ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਉਹਦੇ ਬਾਰੇ ਕੋਈ ਕੀ ਉਪਰਾਲੇ ਕੀਤੇ ਜਾ ਰਹੇ ਨੇ? ਤੁਸੀਂ ਆਪਣੀ ਗੱਲ ਦਾ ਜਵਾਬ ਆਪ ਹੀ ਦਿੱਤਾ ਕਿ ਮਨ ਘੜਤ ਢੋਂਟ, ਕਿਉਂਕਿ ਉਹਨਾਂ ਕੋਲ ਸਾਡੇ ਖਿਲਾਫ਼ ਬੋਲਣ ਲਈ ਤਾਂ ਕੁਝ ਨਹੀਂ ਹੈ। ਉਹ ਸਾਡੇ ਖਿਲਾਫ਼ ਇੱਕੋ ਗੱਲ ਬੜਾ ਪ੍ਰਚਾਰ ਕਰ ਰਹੇ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਬਿਜਲੀ ਵੀ ਫ੍ਰੀ ਦੇਵਾਂਗੇ, ਅਸੀਂ ਪਾਣੀ ਵੀ ਫ੍ਰੀ ਦੇਵਾਂਗੇ, ਅਸੀਂ ਸਿਹਤ ਵੀ ਫ੍ਰੀ ਦੇਵਾਂਗੇ, ਅਸੀਂ ਸਿੱਖਿਆ ਵੀ ਫ੍ਰੀ ਦੇਵਾਂਗੇ, ਬੱਚਿਆਂ ਨੂੰ ਰੁਜ਼ਗਾਰ ਵੀ ਦੇਵਾਂਗੇ, ਪੈਨਸ਼ਨਾਂ ਵੀ ਦੇਵਾਂਗੇ, ਮੁਲਾਜ਼ਮਾਂ ਨੂੰ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਵੀ ਜਿਹੜੀਆਂ ਆਪਾਂ ਜਿਹੜੀਆਂ ਜਾਇਜ਼ ਸਾਰੀਆਂ ਹੀ ਮੰਨਾਂਗੇ ਔਰ ਇਹਦੇ ਨਾਲ ਜਿਹੜੇ ਬੇਰੁਜ਼ਗਾਰ ਬੱਚੇ ਉਹਨਾਂ ਨੂੰ ਰੁਜ਼ਗਾਰ ਦੀ ਗੱਲ, ਉਹ ਕਹਿੰਦੇ ਵੀ ਇੰਨਾ ਪੈਸਾ ਕਿੱਥੋਂ ਆਊਗਾ ਜਿਹਨਾਂ ਨੇ ਫ੍ਰੀ ਫ੍ਰੀ ਕਰਕੇ ਬੜਾ ਰੌਲਾ ਪਾਇਆ। ਪਹਿਲੀ ਗੱਲ ਅਸੀਂ ਇਹ ਕਹਿੰਦੇ ਕਿ ਜਿਹੜੀ ਇੱਕ ਸਹੂਲਤ ਇੱਕ ਐੱਮ ਐੱਲ ਏ ਨੂੰ ਮਿਲਦੀ ਹੈ, ਜਿਹੜੀ ਸਹੂਲਤ ਇੱਕ ਮੁੱਖ ਮੰਤਰੀ ਨੂੰ ਮਿਲਦੀ ਹੈ ਉਹ ਸਹੂਲਤ ਅਸੀਂ ਐੱਮ ਐੱਲ ਏ ਬਣਾਉਣ ਵਾਲੇ ਲੋਕਾਂ ਨੂੰ ਦੇਣੀ ਚਾਹੁੰਦੇ ਹਾਂ, ਉਹੀ ਸਹੂਲਤ ਅਸੀਂ ਮੁੱਖ ਮੰਤਰੀ ਬਣਾਉਣ ਵਾਲੇ ਲੋਕਾਂ ਨੂੰ ਦੇਣੀ ਚਾਹੁੰਦੇ ਹਾਂ। ਜਿਹੜੀ ਗੱਲ ਕਰਦੇ ਹਾਂ ਕਿ ਪੈਸੇ ਕਿੱਥੋਂ ਆਉਣਗੇ, ਪੈਸੇ ਤੁਸੀਂ ਦੇਖੋ ਕਿ ਚੰਨੀ ਸਾਹਿਬ 111 ਦਿਨ ਮੁੱਖ ਮੰਤਰੀ ਰਹੇ ਆ ਔਰ ਉਹਨਾਂ ਦੇ ਭਾਣਜੇ ਦੇ ਘਰੋਂ 12 ਕਰੋੜ ਰੁਪਇਆ ਕੈਸ਼ ਮਿਲਦਾ। ਉਹ ਜਿਹੜਾ ਪੈਸਾ ਅੱਜ ਤੱਕ ਮੁੱਖ ਮੰਤਰੀਆਂ ਦੇ ਰਿਸ਼ਤੇਦਾਰਾਂ ਦੇ ਘਰ, ਮੁੱਖ ਮੰਤਰੀਆਂ ਦੇ ਘਰ, ਐੱਮ ਐੱਲ ਏ ਦੇ ਘਰ ਜਾਂਦਾ ਰਿਹਾ, ਉਹ ਆਮ ਲੋਕਾਂ ਦੀ ਜੇਬ ਵਿੱਚ ਪਾਉਣਾ। ਉਹ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਭਾਵੇਂ ਰੇਤ ਮਾਫੀਆ, ਖੱਡ ਮਾਫੀਆ, ਭਾਵੇਂ ਲਿਕਰ ਮਾਫੀਆ, ਸ਼ਰਾਬ ਦੇ ਨਾਲ ਨਾਲ ਹੋਰ ਜਿੰਨੇ ਤਰ੍ਹਾਂ ਦੇ ਮਾਫੀਆ, ਟਰਾਂਸਪੋਰਟ ਮਾਫੀਆ, ਉਹ ਮਾਫੀਆ ਸਾਰੇ ਬੰਦ ਕਰਕੇ ਜਿਹੜਾ ਪ੍ਰਾਈਵੇਟ ਪਲੇਅਰਸ ਦੇ ਜਿਹੜਾ ਜੇਬਾਂ 'ਚ ਪੈਸਾ ਜਾਂਦਾ ਉਹ ਲੋਕਾਂ ਦੀ ਜੇਬ 'ਚ ਪਾਉਣਾ। ਸੋ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਆਮ ਰਵਾਇਤੀ ਪਾਰਟੀਆਂ ਦੀਆਂ ਜਿਹੜੀਆਂ ਉਹ ਸਹੂਲਤਾਂ ਆ, ਜਿੱਦਾਂ ਕਹਿੰਦੇ ਹੈਗੇ ਆ ਉਹ ਔਰਤ ਨੂੰ ਸਹੂਲਤ ਦੇ ਦਿੱਤੀ ਜਾਂ ਐਸ ਸੀ ਬੀ ਸੀ ਨੂੰ ਸਹੂਲਤ ਦੇ ਦਿੱਤੀ ਆ, ਜਦੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਆ ਉਹ ਉਹਦੇ ਵਿੱਚੋਂ ਕਾਂਟ ਛਾਂਟ ਕਰਕੇ ਇੱਕ ਤਰੀਕਾ ਲੱਭ ਲੈਂਦੇ ਆ ਕਿ ਅਸੀਂ ਫਲਾਣੇ ਬੰਦੇ ਨੂੰ ਹੀ ਦੇ ਸਕਦੇ ਹਾਂ ਧਮਕੇ ਨੂੰ। ਜੋ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਦਿੱਤੀਆਂ ਉਹ ਜਿਵੇਂ 1000 ਰੁਪਈਆ ਪਰ ਔਰਤ ਪਰ ਹੈੱਡ ਵਾਸਤੇ ਗੱਲ ਕੀਤੀ ਗਈ ਆ ਉਹ ਹਰ ਔਰਤ ਨੂੰ ਮਿਲੇਗਾ ਕਿ ਉਹ ਵੀ ਬਾਅਦ ਦੇ ਵਿੱਚ ਕੰਡੀਸ਼ਨਾਂ ਲਾ ਕੇ ਤੁਸੀਂ ਵੀ ਇਸੇ ਢੰਗ ਨਾਲ ਕਰੋਗੇ ਕਿ ਉਹ ਕਾਰਡ ਸ਼ਾਰਡ ਕਰਕੇ ਕਿ ਅਸੀਂ ਇਹਨੂੰ ਦੇਣਾ ਜਾਂ ਅਸੀਂ ਉਹਨੂੰ ਦੇਣਾ? ਦੇਖੋ, ਅਸੀਂ ਆਪਣੇ ਜਿਹੜੇ ਰਹਿਬਰ ਨੇ ਸਾਡੇ ਗੁਰੂ ਮਹਾਰਾਜ ਨੇ ਉਹਨਾਂ ਦੇ ਦਰਸਾਏ ਹੋਏ ਰਸਤੇ 'ਤੇ ਜਿਹੜਾ ਚੱਲਦੇ ਹਾਂ। ਸੱਚੇ ਪਾਤਸ਼ਾਹ ਸ਼੍ਰੀ ਗੁਰਦਾਸ ਮਹਾਰਾਜ ਜੀ ਨੇ ਕਿਹਾ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭੀ ਕੋ ਅੰਨ, ਛੋਟ ਬੜ ਸਾ ਸੰਬਸੇ ਰਵਿਦਾਸ ਰਹੇ ਪਸੰਦ। ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਐੱਸ ਸੀ ਹੈ, ਭਾਵੇਂ ਬੀ ਸੀ ਹੈ, ਭਾਵੇਂ ਕੋਈ ਜਨਰਲ ਕਾਸਟ ਨਾਲ ਸੰਬੰਧ ਰੱਖਦਾ, ਸਾਰਿਆਂ ਨੂੰ ਇੱਕ ਬਰਾਬਰਤਾ ਦੇ ਨਾਲ ਆਮ ਆਦਮੀ ਪਾਰਟੀ ਦੇਖਦੀ ਹੈ। ਜੇਕਰ ਬਿਜਲੀ ਦੀ ਸਹੂਲਤ ਐੱਸ ਸੀ ਨੂੰ ਮਿਲੂਗੀ, ਬੀ ਸੀ ਨੂੰ ਮਿਲੂਗੀ, ਉੱਥੇ ਜਨਰਲ ਨੂੰ ਵੀ ਮਿਲੂਗੀ। ਜਿੱਥੇ ਇੱਕ ਔਰਤ ਭਾਵੇਂ ਕੋਈ ਮੁਲਾਜ਼ਮ ਹੈ, ਭਾਵੇਂ ਕੋਈ ਘਰੇਲੂ ਹਾਊਸ ਵਾਈਫ ਹੈ, ਜੋ ਵੀ ਹੈ, ਉਹਨਾਂ ਨੂੰ ਸਾਰਿਆਂ ਨੂੰ ਬਿਨਾਂ ਸ਼ਰਤ ਇੱਕ ਸਾਰ ਜਿਹੜੀ ਹੈ ਉਹ ਆਪਣਾ ਸਾਰਾ ਕੰਮ ਕਾਰ ਮਿਲੇਗਾ, ਸਾਰੀਆਂ ਸਹੂਲਤਾਂ ਮਿਲਣਗੀਆਂ। ਕਿਉਂਕਿ ਤੁਸੀਂ ਦੇਖਿਆ ਕਿ ਕਿਤੇ ਆ ਪਿਛਲੇ 5 ਸਾਲ ਜਿਹੜੇ ਬੀਤੇ ਆ ਇਹਦੇ ਵਿੱਚ ਦਾਣੇ ਵਾਲੇ ਕਾਰਡ ਜਿਹਨਾਂ ਦੇ ਟਰੈਕਟਰ ਨੇ, ਕੋਠੀਆਂ ਨੇ, ਜ਼ਮੀਨਾਂ ਨੇ, ਉਹਨਾਂ ਦੇ ਬਣੇ ਹੋਏ ਆ ਔਰ ਜਿਹੜੇ ਲੋੜਵੰਦ ਲੋਕ ਨੇ ਉਹ ਵਿਚਾਰੇ ਧੱਕੇ ਖਾ ਰਹੇ। ਇਸ ਕਰਕੇ ਇੱਦਾਂ ਦੀਆਂ ਸ਼ਰਤਾਂ ਹੀ ਹਟਾ ਦੇਣੀਆਂ ਕਿ ਆ ਫਲਾਣੇ ਨੂੰ ਮਿਲੂਗਾ ਕਿ ਫਲਾਣੇ ਨਹੀਂ ਮਿਲੂਗਾ, ਹਰੇਕ ਨੂੰ ਦਵਾਂਗੇ। ਇਹ ਤੁਸੀਂ ਆਪਾਂ ਮੁਲਾਕਾਤ ਕਰ ਰਹੇ ਹਾਂ
ਐਮ ਐਲ ਏ ਗੜਸ਼ੰਗ ਤੋਂ ਜਾਂ ਕ੍ਰਿਸ਼ਨ ਜੀ ਰੋੜੀ ਜੋ ਮੌਜੂਦਾ ਐਮ ਐਲ ਏ ਨੇ, ਉਹਨਾਂ ਨੇ ਤੁਹਾਨੂੰ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਜੋ ਵੀ ਸਹੂਲਤ ਅਸੀਂ ਐਲਾਨ ਕਰਾਂਗੇ ਉਹ ਕਿਸੇ ਸਿਆਸੀ ਪਾਰਟੀ ਦੇ ਚਮਚਿਆਂ ਲਈ ਨਹੀਂ ਹੋਵੇਗੀ, ਉਹ ਪਬਲਿਕ ਲਈ ਹੋਵੇਗੀ। ਤੁਸੀਂ ਆਮ ਰਵਾਇਤੀ ਪਾਰਟੀਆਂ ਦਾ ਦੇਖਿਆ ਹੋਏਗਾ ਕਿ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਆਮ ਰਵਾਇਤੀ ਪਾਰਟੀਆਂ ਦੇ ਸਵਾਸੀ ਚਮਚਿਆਂ ਨੂੰ ਹੀ ਜ਼ਿਆਦਾ ਮਿਲਦੀਆਂ, ਬਾਕੀ ਗਰੀਬ ਜਨਤਾ ਹੱਥ ਮਲਦੀ ਰਹਿ ਜਾਂਦੀ ਹੈਗੀ ਆ। ਹੋਰ ਤੁਸੀਂ ਚੰਨੀ ਸਾਹਿਬ ਦੇ ਲਾਰਿਆਂ ਬਾਰੇ ਕੀ ਕਹੋਗੇ? ਸੋਰੀ, ਮੈਂ ਗਲਤ ਬੋਲ ਗਿਆ, ਰਿਪੋਰਟਰ ਮੈਂ ਇੰਨੀ ਗੱਲ ਬੋਲ ਨਹੀਂ ਸਕਦਾ, ਮੈਨੂੰ ਮਾਫ਼ੀ ਚਾਹਾਂਗਾ। ਚੰਨੀ ਸਾਹਿਬ ਦੇ ਵਾਅਦਿਆਂ ਬਾਰੇ ਕੀ ਗੱਲ ਕਹੋਗੇ? ਤੁਹਾਡੇ ਗੜਸ਼ੰਗ ਵਿੱਚ ਕਿੰਨੇ ਪੂਰੇ ਹੋ ਗਏ? ਚਲੋ, ਗੜਸ਼ੰਗ ਦੇ ਵਿੱਚ ਸਾਰਿਆਂ ਨੂੰ ਪਤਾ ਆ, ਪੰਜਾਬ ਵਿੱਚ ਵੀ ਪਤਾ ਆ, ਉਹਨਾਂ ਨੇ ਬੋਰਡ ਲਾ ਤੇ ਕਿ 36,000 ਮੁਲਾਜ਼ਮ ਪੱਕਾ ਹੋਇਆ ਕੋਈ ਨਾ। ਉਹਨਾਂ ਨੇ ਬੋਰਡ ਲਾ ਤੇ ਕਿ ਲਾਲ ਕੀਰ ਮਕਾਨ ਵਾਲੀਆਂ ਰਜਿਸਟਰੀ ਮਿਲ ਗਈ, ਮਿਲੀ ਕਿਸੇ ਨੂੰ ਨਹੀਂ। ਕਹਿੰਦੇ ਰੇਤਾ 5.5 ਰੁਪਏ ਫੁੱਟ ਮਿਲਿਆ ਕਿਸੇ ਨੂੰ ਨਹੀਂ। ਕਹਿੰਦੇ ਨੌਕਰੀਆਂ ਦੇ ਦਿੱਤੀਆਂ, ਮਿਲੀਆਂ ਕਿਸੇ ਨੂੰ ਨਹੀਂ। ਕਹਿੰਦੇ ਬਿਜਲੀ ਦੇ ਬਿੱਲ ਮਾਫ਼ ਕਰਤੇ, ਹੋਏ ਕਿਸੇ ਦੇ ਨਹੀਂ। ਲੋਕਾਂ ਨੂੰ ਆਪਾਂ ਇੱਕੋ ਬੇਨਤੀ ਕਰਨੀ ਚਾਹੁੰਦੇ ਹਾਂ, ਜੇਕਰ ਚੰਨੀ ਸਾਹਿਬ ਨੇ ਜਿੰਨੀਆਂ ਵੀ ਗੱਲਾਂ ਕਹੀਆਂ ਨੇ, ਜੇ ਉਹਨਾਂ ਨੂੰ ਲੱਗਦੇ ਹਨ ਕਿ ਉਹ ਸੱਚੀਆਂ ਨੇ ਤਾਂ ਉਹਨਾਂ ਨੂੰ ਵੋਟ ਪਾ ਦੇਣ। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਕੋਈ ਵੀ ਰਵਾਇਤੀ ਪਾਰਟੀ ਐਲਾਨ ਕਰਦੀ ਹੈਗੀ ਆ ਉਹਦੇ ਵਿੱਚ ਕੋਈ ਨਾ ਕੋਈ ਬਲਬਲੇਮਾ ਜ਼ਰੂਰ ਹੁੰਦਾ? ਨਹੀਂ, ਕੋਈ ਵੀ ਰਵਾਇਤੀ ਪਾਰਟੀ ਨਹੀਂ, ਜਿਹੜੀਆਂ ਅੱਜ ਤੱਕ ਪਾਰਟੀਆਂ ਰਹੀਆਂ ਨੇ ਉਹ ਸਾਡੀ ਪਾਰਟੀ ਛੱਡ ਕੇ, ਕਿਉਂਕਿ ਸਾਡੀ ਪਾਰਟੀ ਕਿੱਦਾਂ ਦੀ ਪਾਰਟੀ ਹੈ ਜੋ ਲੋਕਾਂ ਦੇ ਲਈ, ਲੋਕਾਂ ਦੇ ਵਿੱਚੋਂ ਬਣੀ ਹੈ। ਔਰ ਅਸੀਂ ਕਿਹਾ ਸੀ ਕਿ ਰਾਜਨੀਤੀ ਕਰਨੀ, ਰਾਜਨੀਤੀ ਬਦਲਣਾ ਹੈ ਔਰ ਬਦਲੀ ਹੈ। ਸਿਹਤ 'ਤੇ ਜੇਕਰ ਗੱਲ ਹੋ ਰਹੀ ਹੈ, ਸਿੱਖਿਆ 'ਤੇ ਗੱਲ ਹੋ ਰਹੀ ਹੈ, ਲੋਕਾਂ ਦੀਆਂ ਸਮੱਸਿਆਵਾਂ 'ਤੇ ਅੱਜ ਜ਼ਿਕਰ ਹੋ ਰਿਹਾ, ਆਮ ਆਦਮੀ ਪਾਰਟੀ ਕਰਕੇ ਹੋਇਆ, ਨਹੀਂ ਤਾਂ ਅੱਜ ਤੱਕ ਤਾਂ ਤੁਹਾਨੂੰ ਪਤਾ ਹੀ ਹੈ ਉਹ ਕਹਿੰਦਾ ਮੈਂ ਤੈਨੂੰ ਢਾਲੂ, ਤੂੰ ਮੈਨੂੰ ਢਾਲਾ। ਸਿਰਫ ਜਿਹੜਾ ਵਿਅਕਤੀਗਤ ਹੀ ਇੱਕ ਦੂਜੇ 'ਤੇ ਚਿੱਕੜ ਉਛਾਲਿਆ ਗਿਆ, ਮੁੱਦਿਆਂ ਦੀ ਗੱਲ ਜਿਹੜੀ ਆ ਬਹੁਤ ਘੱਟ ਕੀਤੀ ਗਈ ਹੈ। ਆਮ ਆਦਮੀ ਪਾਰਟੀ ਹਮੇਸ਼ਾ ਮੁੱਦਿਆਂ ਦੀ ਗੱਲ ਕਰਦੀ ਆ ਔਰ ਮੁੱਦਿਆਂ ਦੇ ਹੱਲ ਕਰਨ ਲਈ ਆਪਾਂ ਬਜਿੰਦ। ਹੁਣ ਪੰਜਾਬ ਨੂੰ, ਪੰਜਾਬ ਦੀ ਪਬਲਿਕ ਨੂੰ ਇੱਕ ਨਵਾਂ ਮੁੱਦਾ ਦੇ ਦਿੱਤਾ ਗਿਆ ਹੈਗਾ ਕਿ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਜੀ ਉਹਨਾਂ ਦਾ, ਉਹਦੇ ਬਾਰੇ ਕੀ ਗੱਲ ਕਹੋਗੇ? ਮੁੱਦੇ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਮੈਂ ਉਹੀ ਕਹਿ ਰਿਹਾ ਨਾ, ਉਹ ਗਾਲ ਮੰਗਾਲੀ, ਤੂੰ ਮੇਰਾ ਜੀਜਾ, ਮੈਂ ਤੇਰਾ ਸਾਲਾ, ਇਹ ਕੋਈ ਗੱਲਾਂ ਨਹੀਂ ਹੈ, ਇਹ ਕੋਈ ਪੋਲੀਟੀਕਲ ਤੁਹਾਡਾ। ਮੈਂ ਸਮਝਦਾ ਕਿ ਅੱਜ ਲੋਕ ਜੇਕਰ ਪੋਲੀਟੀਕਲ ਬੰਦੇ ਨੂੰ ਪਿੰਡ 'ਚ ਗਏ ਨੂੰ ਕੋਈ ਨਫ਼ਰਤ ਦੇ ਨਾਲ ਦੇਖਦਾ, ਕੋਈ ਇਹਨਾਂ ਕਰਕੇ ਬੰਦਿਆਂ ਕਰਕੇ ਦੇਖਦਾ, ਕਿਉਂਕਿ ਅੱਜ ਤੱਕ ਪੰਜਾਬ ਦੀ ਵਿਧਾਨ ਸਭਾ ਹੋਵੇ, ਭਾਵੇਂ ਆ ਤੁਹਾਡੇ ਸਾਹਮਣੇ ਰੋਜ਼ ਪ੍ਰੈਸ ਕਾਨਫਰੰਸ ਆ, ਉਹਦੇ ਵਿੱਚ ਲੋਕਾਂ ਨੂੰ ਕੀ ਲਾਭ ਹੈ? ਤੁਸੀਂ ਮੈਨੂੰ ਗਾਲਾਂ ਕੱਢੋ, ਮੈਂ ਤੁਹਾਨੂੰ ਕੱਢਦਾ, ਦੂਜੇ ਬੰਦੇ ਨੂੰ ਕੀ ਲਾਭ ਹੋਇਆ? ਅਸੀਂ ਗੱਲ ਸੰਜੀਦਗੀ ਨਾਲ ਕਰੀਏ, ਪੜ੍ਹੇ ਲਿਖਿਆਂ ਦੀ ਕੋਈ ਗੱਲ ਕਰੀਏ, ਅਸੀਂ ਕਹਿੰਦੇ ਅਸੀਂ ਬੜੇ ਵੈਲ ਕੁਆਲੀਫਾਈਡ ਹਾਂ। ਅੱਜ ਜ਼ਰੂਰਤ ਹੈ ਕਿ ਉਹਨਾਂ ਚੀਜ਼ਾਂ ਦੀ, ਕਿ ਲੋਕ ਜਿਹੜੇ ਮਸਲੇ ਆ, ਉਹ ਭਾਵੇਂ ਬੱਚੇ ਰੁਜ਼ਗਾਰ ਦੇ ਕਮੀ ਜਿਹੜੇ ਆ, ਤੁਸੀਂ ਸਾਹਮਣੇ ਬੇਰੁਜ਼ਗਾਰ ਹੋ ਕੇ ਨਸ਼ਿਆਂ ਵੱਲ ਜਾ ਰਹੇ ਆ, ਵਿਦੇਸ਼ ਦੀ ਧਰਤੀ ਵੱਲ ਬੱਚੇ ਭੱਜ ਰਹੇ ਆ, ਅਤੇ ਉਹਦੇ ਨਾਲ ਜਿਹੜੇ ਆ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਾਰਨ ਕੀ ਕਿੰਨਾ ਅੱਜ ਹੋ ਰਿਹਾ ਕੰਮ, ਲੋਕ ਥਾਣੇ ਚਹਿਰੀ ਖੱਜਲ ਖੁਆਲ ਹਸਪਤਾਲਾਂ 'ਚ ਧੱਕੇ ਪੈਂਦੇ ਆ, ਸਕੂਲਾਂ ਦੀਆਂ ਫੀਸਾਂ ਦੇਣ ਲਈ ਲੋਕ ਜਿਹੜੇ ਕਰਜ਼ਾ ਚੁੱਕੀ ਫਿਰਦੇ ਆ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਿਰਫ ਆਮ ਆਦਮੀ ਪਾਰਟੀ ਆ, ਔਰ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ, 10 ਮਾਰਚ ਨੂੰ ਰਿਜ਼ਲਟ ਆਉਣਾ, 11 ਮਾਰਚ ਨੂੰ ਜੋ ਪਾਰਟੀ ਵਾਅਦੇ ਕਰ ਰਹੀ ਹੈ ਉਹਨਾਂ ਦੇ ਇੰਨ ਬਿੰਨ ਲਾਗੂ ਹੋ ਕੇ ਜਿਹੜੀ ਸਰਕਾਰ ਚਲਾਉਣਾ। ਦੇਖੋ, ਪੰਜਾਬ ਦੇ ਵਿੱਚ ਕੁਆਲੀਫਿਕੇਸ਼ਨ ਦੀ ਤਾਂ ਕਮੀ ਨਹੀਂ ਹੈਗੀ ਨੌਜਵਾਨਾਂ ਨੂੰ, ਹੈਗੀ ਨਾ। ਸੋ ਦੂਸਰੀ ਗੱਲ ਇਹ ਹੈਗੀ ਹੈ ਕਿ ਕੁਛ ਅਨਪੜ੍ਹ ਲੋਕ ਜਿਹੜੇ ਆ, ਸਭ ਨੂੰ ਪਤਾ ਕਿ ਦਿੱਲੀ ਇੱਕ ਹੱਥ ਸਟੇਟ ਹੈਗੀ ਆ, ਉੱਥੇ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਹੈਗੀ ਕਿਸੇ ਹੋਰ ਦੇ ਹੱਥ, ਲੋ ਐਂਡ ਆਰਡਰ ਜਿਹੜਾ ਉਹ ਕਿਸੇ ਹੋਰ ਦੇ ਹੱਥ ਹੈਗਾ, ਜੋ ਜ਼ਮੀਨ ਦਾ ਮਾਮਲਾ ਹੈ ਉਹ ਕਿਸੇ ਹੋਰ ਦੇ ਹੱਥ ਹੈਗਾ। ਬਹੁਤ ਸਾਰੇ ਸਿਆਸੀ ਪਾਰਟੀਆਂ ਜਿਹੜੀਆਂ ਉਹ ਕਿਸੇ ਨਾ ਕਿਸੇ ਗੱਲ ਨਾਲ ਲਪੇਟ ਕੇ ਉਹ ਕੇਜਰੀਵਾਲ ਸਾਹਿਬ ਨੂੰ ਵਿੱਚ ਲੈ ਆਉਂਦੀਆਂ, ਜੋ ਵੀ ਮਸਲਾ ਉੱਥੇ ਹੁੰਦਾ ਹੈ ਨਾ, ਕੋਈ ਚੰਗਾ ਜਾਂ ਮਾੜਾ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਥੋੜ੍ਹੀ ਜਿਹੀ ਕਲੈਰਿਟੀ ਚੰਗੀ ਤਰ੍ਹਾਂ ਨਾਲ ਦੇ ਦਿਓ। ਚਲ, ਮਾੜੀ ਜਿਹੀ ਲੈ ਕੇ ਆਉਂਦੇ ਨੇ ਵਿੱਚ ਵਿੱਚ ਕੇ, ਚੰਗਾ ਕੰਮ ਕਰੀਏ ਉਹ ਤਾਂ ਕਿਤੇ ਕਿਤੇ ਉਹਨਾਂ ਨੇ ਜ਼ਿਕਰ ਕੀਤਾ ਨਹੀਂ, ਅਤੇ ਔਰ ਉਹਨਾਂ ਨੂੰ ਸਾਡੇ ਖਿਲਾਫ਼ ਭੰਡਣ ਨੂੰ ਪੁੱਜਣ। ਜੇਕਰ ਮੈਂ ਤੁਹਾਨੂੰ ਕਹਿਣਾ ਹੋਵੇ ਕਿ ਤੁਸੀਂ ਮਾੜੇ ਬਹੁਤ ਆ, ਮੈਂ ਕਿੰਨੇ ਸ਼ਬਦਾਂ ਦੀ ਲੋੜ ਹੈ ਮੈਨੂੰ ਫਲਾਨਾ ਬੰਦਾ ਪੁੱਛਦਾ ਕਿ ਉਹ ਕਿੱਦਾਂ ਮੈਂ ਇਹ ਤੋਂ ਅਲੱਗੇ ਮੈਨੂੰ ਕੁਛ ਬੋਲਣ ਦੀ ਲੋੜ ਤਾਂ ਨਹੀਂ। ਜੇਕਰ ਉਸ ਤੋਂ ਬਾਅਦ ਵੀ ਗੱਲ ਕਰੀਏ ਉਹ ਮੈਨੂੰ ਪੁੱਛ ਲਵੇ ਕਿ ਵੀ ਇਹ ਹੈ ਇੱਦਾਂ ਦੀ ਕਿਹੜੀ ਗੱਲ ਆ, ਮੈਂ ਮੁਰੋ ਕੀ ਜਵਾਬ ਦੇਣਾ? ਮੈਂ ਕਹਿੰਦਾ ਤੁਹਾਨੂੰ ਪਤਾ ਹੀ ਹੈ ਜੀ, ਇੰਨੇ ਦੇ ਵਿੱਚ ਹੀ ਬੰਦੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਕੋਈ ਉਹਦੇ ਲਈ ਕੁਛ ਕਰਨ ਦੀ ਲੋੜ ਨਹੀਂ। ਅੱਜ ਕਿਸੇ ਨੂੰ ਮਾੜਾ ਕਹਿ ਕੇ ਅਸੀਂ ਮਾੜਾ ਨਹੀਂ ਬਣਾ ਸਕਦੇ। ਜੇਕਰ ਕੋਈ ਗੱਲ ਹੈ ਤਾਂ ਦਲੀਲ ਨਾਲ ਸਾਡੇ ਨਾਲ ਗੱਲ ਕਰਨ, ਡਿਬੇਟ ਕਰਨ, ਸਾਡੇ ਕਿਸੇ ਵੀ ਚੈਨਲ 'ਤੇ ਆ ਜਾਣ। ਅੱਜ ਤੱਕ ਕਰਦੇ ਰਹੇ ਨੇ ਔਰ ਹਰੇਕ ਗੱਲ ਨਾਲ ਦਲੀਲ ਦੇ ਨਾਲ ਅਸੀਂ ਉਹਨਾਂ ਨੂੰ ਪਛਾੜਿਆ।
ਅੱਜ ਤੱਕ ਕੋਈ ਮੁੱਦਾ ਨਹੀਂ ਹੈ, ਕਿਉਂਕਿ ਜੇਕਰ ਅਸੀਂ ਗੱਲ ਕਰਦੇ ਹਾਂ ਐਜੂਕੇਸ਼ਨ ਦੀ, ਹੈਲਥ ਦੀ, ਇਨਵਾਇਰਮੈਂਟ ਦੀ, ਇਨਫਰਾਸਟ੍ਰਕਚਰ ਦੀ, ਇੰਪਲਾਇਮੈਂਟ ਦੀ, ਕੰਮ ਕਰਕੇ ਦਿਖਾਇਆ। ਪਹਿਲੀ ਵਾਰ ਵਿਰੋਧੀ ਧਿਰ 'ਚ ਦਿੱਤਾ ਸੀ ਦਿੱਲੀ ਦੇ ਲੋਕਾਂ ਨੇ, 49 ਦਿਨ ਸਰਕਾਰ ਚਲਾਈ ਸੀ ਵਿਰੋਧੀ ਧਿਰ ਹੋਣ ਵਾਸਤੇ, 28 ਸੀਟਾਂ ਸੀ, 49 ਦਿਨਾਂ ਦਾ ਕੰਮ ਦਿਖਾਇਆ ਸੀ ਕਿ ਸਰਕਾਰ ਲੈ ਕੇ ਆਓ, ਬਹਿ ਬਹਿ ਕਰਾ ਦਾਂਗੇ। ਸਰਕਾਰ ਲਿਆਂਦੀ ਤਾਂ ਕਹਿ ਤਾ ਭਾਈ ਜੇ ਕੰਮ ਕੀਤਾ ਤਾਂ ਵੋਟ ਪਾਏ ਉਹਨੇ ਰਹਿਣ ਦਿਓ। ਤਾਂ 5 ਸਾਲ ਬਾਅਦ ਲੋਕਾਂ ਨੇ ਮੁੜ ਕੇ ਫਿਰ 70 ਤੋਂ 63-64 ਸੀਟਾਂ ਦੇ ਕੇ ਜਿਹੜਾ ਦਿੱਲੀ ਦੇ ਨਵਾਜਿਆ। ਹੁਣ 5 ਸਾਲ ਵਿਰੋਧੀ ਧਿਰ 'ਚ ਰਹੇ ਹਾਂ। ਵਿਰੋਧੀ ਧਿਰ ਦੀ ਪਾਰਟੀ ਦੀ ਪ੍ਰਾਪਤੀ ਹੈ ਕਿ ਮੁੱਖ ਮੰਤਰੀ ਬਦਲਣਾ ਪੈ ਗਿਆ, ਆਪਣਾ ਉਥਲ ਪੁਥਲ ਕਰਨੀ ਪੈ ਗਈ। ਅੱਜ ਜੇਕਰ ਅਸੀਂ ਬੇਨਤੀ ਕਰਦੇ ਹਾਂ ਕਿ ਇੱਕ ਵਾਰ ਸਰਕਾਰ 'ਚ ਲੈ ਕੇ ਆਓ, ਫਿਰ ਸਾਡਾ ਕੰਮ ਦੇਖੋ। ਜੇਕਰ ਅਸੀਂ ਕੰਮ 'ਚ ਨਾ ਕਾਮਯਾਬ ਹੋਏ, ਜੇਕਰ ਸਾਨੂੰ ਨਾ ਚੰਗਾ ਲੱਗਿਆ ਤੁਹਾਨੂੰ ਕਿ ਅਸੀਂ ਤੁਹਾਡਾ ਕੰਮ ਨਹੀਂ ਕਰ ਪਾਏ, ਤਾਂ ਨਾ ਮੌਕਾ ਦਿਓ, ਇੱਕ ਵਾਰ ਮੌਕਾ ਦੇਣਾ ਚਾਹੀਦਾ। ਸ਼ਾਇਦ ਤੁਸੀਂ ਭੁੱਲ ਗਏ, ਇੱਕ ਦਿਨ 'ਚ 3 ਮੁੱਖ ਮੰਤਰੀ ਬਦਲੇ। ਚਲੋ ਮੈਂ ਤਾਂ ਫਿਰ ਬਦਲੇ ਤਾਂ 5-6 ਸੀਗੇ। ਆਪਾਂ ਟੈਕਨੀਕਲ ਗੱਲ ਕਰ ਲਈਏ ਕਿ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਦਾ ਮੌਕਾ ਦਿੱਤਾ। ਮਤਲਬ ਉਸ ਵੇਲੇ ਆਮ ਮੀਡੀਆ ਦੇ ਵਿੱਚ ਗੱਲਾਂ ਚੱਲਦੀਆਂ ਸੀ ਕਿ ਰੁਪਈਆ ਕਿਸੇ ਹੋਰ ਨੂੰ ਦਿੱਤਾ, ਮੰਗਣੀ ਕਿਸੇ ਹੋਰ ਨਾ ਕਰਤੀ, ਵਿਆਹ ਕੇ ਕੋਈ ਹੋਰ ਲੈ ਗਿਆ, ਕੋਈ ਇਸ ਤਰ੍ਹਾਂ ਦੀਆਂ ਗੱਲਾਂ ਕਾਫੀ ਚੱਲਦੀਆਂ ਸੀ ਇੱਕ ਦਿਨ ਦੇ ਵਿੱਚ। ਇਹ ਸਿਰਫ ਇੱਕ ਤੁਹਾਡੇ ਹਿਸਾਬ ਨਾਲ ਕਿ ਆਮ ਪਾਰਟੀ ਦਾ ਹੀ ਅਸਰ ਦਿਖਾਈ ਦਿੰਦਾ ਹੈਗਾ? ਉਹ ਤਾਂ ਕਲੀਅਰ ਗੱਲ, ਅੱਜ ਤੁਸੀਂ ਦੇਖੋ ਨਾ, ਕਾਂਗਰਸੀ ਸਾਨੂੰ ਗਾਲਾਂ ਕੱਢਦੇ ਆ, ਅਕਾਲੀ ਸਾਨੂੰ ਗਾਲਾਂ ਕੱਢਦੇ ਆ, ਭਾਜਪਾ ਵਾਲੇ ਸਾਨੂੰ ਗਾਲਾਂ ਕੱਢਦੇ ਆ, ਸਾਡੇ ਦੂਜੇ ਹੋਰ ਉਹ ਵੀ ਕਹਿੰਦੇ ਆਮ ਆਦਮੀ ਪਾਰਟੀ ਬਹੁਤ ਮਾੜੀ ਆ। ਕਿਉਂ ਬਈ, ਸਾਨੂੰ ਤਾਂ ਅਜੇ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ, ਸਾਡਾ ਤਾਂ ਅਜੇ ਰਾਜਭਾਗ ਆਇਆ ਨਹੀਂ। ਅਸੀਂ ਤਾਂ ਵਿਰੋਧੀ ਧਿਰ 'ਚ ਚੁਣੇ ਗਏ ਅਤੇ ਆਪਣੀ ਭੂਮਿਕਾ ਠਿੱਕ ਠੋਕ ਕੇ ਐਨ ਪੂਰੀ ਨਿਭਾਈ ਹੈ। ਕਿਸੇ ਤੋਂ ਜਕੇ ਨਹੀਂ, ਕਿਸੇ ਤੋਂ ਡਰੇ ਨਹੀਂ, ਕੋਈ ਇਲਜ਼ਾਮ ਨਹੀਂ ਸਾਡੇ 'ਤੇ, ਕੋਈ ਕਰਪਸ਼ਨ ਦਾ ਇਲਜ਼ਾਮ ਨਹੀਂ, ਕੋਈ ਚਿੱਟਾ ਵੇਚਣ ਦਾ ਇਲਜ਼ਾਮ ਨਹੀਂ। ਅੱਜ ਤੱਕ ਜਿਹੜੀ ਲੋਕਾਂ ਨੇ ਪੱਗ ਸਾਡੇ ਸਿਰ 'ਤੇ ਬੰਨ੍ਹੀ ਹੈ, ਕੋਈ ਦਾਗ ਤਾਂ ਲੱਗਣ, ਤਾਂ ਬਿਲਕੁਲ ਸਾਫ਼ ਰੱਖੀ। ਔਰ ਲੋਕਾਂ ਨੂੰ ਅਸੀਂ ਬੇਨਤੀ ਜ਼ਰੂਰ ਕਰਦੇ ਹਾਂ ਕਿ ਇੱਕ ਵਾਰ ਜਿਹੜਾ ਮੌਕਾ ਆ ਉਹ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ। ਸੋ ਇਹ ਸਨ ਗੜਸ਼ੰਕਰ ਤੋਂ ਜੈ ਕ੍ਰਿਸ਼ਨ ਰੋੜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਉਹਨਾਂ ਨੇ ਤੁਹਾਡੇ ਸਾਹਮਣੇ ਚੈਲੰਜ ਵੀ ਕੀਤਾ ਕਿ ਸਾਨੂੰ ਕਿਸੇ ਵੀ ਢੰਗ ਨਾਲ ਤੁਸੀਂ ਕਿਸੇ ਵੀ ਡਿਬੇਟ ਵਿੱਚ ਆ ਕੇ ਹਰਾ ਕੇ ਦਿਖਾਓ, ਸਾਡੇ ਨਾਲ ਮੁੱਦਿਆਂ ਦੀ ਗੱਲ ਕਰੋ, ਅਸੀਂ ਕਿਸੇ ਨੂੰ ਨਾ ਜਾਤ ਪਾਤ ਦੀ ਗੱਲ ਕਰਦੇ ਹਾਂ, ਨਾ ਕਿਸੇ ਕਿਸੇ ਹੋਰ ਮਸਲੇ ਦੀ ਗੱਲ ਕਰਦੇ ਹਾਂ, ਸਿਰਫ ਮੁੱਦਿਆਂ ਦੀ ਗੱਲ ਕਰਾਂਗੇ, ਅਸੀਂ ਸਿਰਫ ਪਬਲਿਕ ਦਾ ਸੋਚਾਂਗੇ। ਸਿਆਸੀ ਪਾਰਟੀਆਂ ਸਾਨੂੰ ਕਿਸੇ ਢੰਗ ਨਾਲ ਵੀ ਬਦਨਾਮ ਕਰੀ ਜਾਣ, ਕਿਸੇ ਢੰਗ ਨਾਲ ਵੀ ਕੁਛ ਕਹੀ ਜਾਣ, ਕਿਉਂਕਿ ਉਹਨਾਂ ਕੋਲ ਗੁਰੋੜੀ ਸਾਹਿਬ ਦਾ ਕਹਿਣਾ ਹੈ ਕਿ ਕੋਈ ਮੁੱਦਾ ਹੀ ਨਹੀਂ ਹੈ।